ਇਸ ਐਪੀਸੋਡ ਵਿੱਚ ਤੁਸੀਂ ਸ਼ੇਅਰ ਕੈਪੀਟਲ ਦੇ ਮੀਨਿੰਗ, ਇਸ ਦੀ ਨੇਚਰ ਅਤੇ ਟਾਈਪਸ ਬਾਰੇ ਪੜ੍ਹੋਗੇ। ਆਓ ਅਸੀਂ ਟਰਮ ਸ਼ੇਅਰ ਕੈਪੀਟਲ ਦੇ ਮੀਨਿੰਗ ਨੂੰ ਸਮਝਣ ਨਾਲ ਸ਼ੁਰੂ ਕਰੀਏ। ਇੱਕ ਜੁਆਇੰਟ ਸਟਾਕ ਕੰਪਨੀ ਆਪਣੀਆਂ ਬਿਜ਼ਨਸ ਐਕਟੀਵਿਟੀਜ਼ ਨੂੰ ਵਧਾਉਣ ਲਈ ਸ਼ੇਅਰ ਜਾਰੀ ਕਰਕੇ ਲੋੜੀਂਦੀ ਰਕਮ ਇਕੱਠੀ ਕਰਦੀ ਹੈ। ਇਸ ਤਰ੍ਹਾਂ ਇਕੱਠੀ ਕੀਤੀ ਰਾਸ਼ੀ ਨੂੰ ਕੰਪਨੀ ਦੀ ਸ਼ੇਅਰ ਕੈਪੀਟਲ ਕਿਹਾ ਜਾਂਦਾ ਹੈ। ਸ਼ੇਅਰਸ ਦੁਆਰਾ ਲਿਮਿਟਿਡ ਕੰਪਨੀ ਦਾ ਸ਼ੇਅਰ ਕੈਪੀਟਲ ਹੋਵੇਗਾ। ਇੱਕ ਗਰੰਟੀ ਦੁਆਰਾ ਲਿਮਿਟਿਡ ਕੰਪਨੀ ਜਾਂ ਅਨਲਿਮਿਟਿਡ ਕੰਪਨੀ ਦਾ ਸ਼ੇਅਰ ਕੈਪੀਟਲ ਨਹੀਂ ਵੀ ਹੋ ਸਕਦਾ ਹੈ। ਉਹ ਵਿਅਕਤੀ ਜਿਹੜੇ ਇੱਕ ਕੰਪਨੀ ਦੇ ਸ਼ੇਅਰ ਖਰੀਦਦੇ ਹਨ ਉਹਨਾਂ ਨੂੰ ਸ਼ੇਅਰ ਹੋਲਡਰਸ ਕਿਹਾ ਜਾਂਦਾ ਹੈ। ਸ਼ੇਅਰ ਕੈਪੀਟਲ ਇੱਕ ਬਿਜ਼ਨਸ ਦੀ ਸਭ ਤੋਂ ਮਹੱਤਵਪੂਰਨ ਜ਼ਰੂਰਤ ਹੈ। ਇਸ ਨੂੰ ਫਿਕਸਡ ਅਮਾਊਂਟ ਵਾਲੀ ਇਨਡਿਵਿਜ਼ੀਬਲ ਯੂਨਿਟਸ ਵਿੱਚ ਵੰਡਿਆ ਜਾਂਦਾ ਹੈ। ਇਹਨਾਂ ਯੂਨਿਟਸ ਨੂੰ ਸ਼ੇਅਰ ਕਿਹਾ ਜਾਂਦਾ ਹੈ। ਕੰਪਨੀਜ਼ ਐਕਟ 1956 ਦੇ ਸੈਕਸ਼ਨ 2 ਸਬਸੈਕਸ਼ਨ 46 ਅਨੁਸਾਰ ਅ ਸ਼ੇਅਰ ਇਜ਼ ਅ ਸ਼ੇਅਰ ਇਨ ਦ ਸ਼ੇਅਰ ਕੈਪੀਟਲ ਆਫ ਅ ਕੰਪਨੀ ਐਂਡ ਇੰਕਲੂਡਸ ਸਟੋਕ ਐਕਸੈਪਟ ਵੇਅਰ ਅ ਡਿਸਟਿੰਕਸ਼ਨ ਬਿਟਵੀਨ ਸਟੋਕ ਐਂਡ ਸ਼ੇਅਰਸ ਇਜ਼ ਐਕਸਪ੍ਰੈਸਡ ਔਰ ਇੰਪਲਾਈਡ। ਸ਼ੇਅਰ ਇੱਕ ਕੰਪਨੀ ਦੇ ਸ਼ੇਅਰ ਕੈਪੀਟਲ ਦਾ ਇੱਕ ਹਿੱਸਾ ਹੁੰਦਾ ਹੈ ਅਤੇ ਇਸ ਵਿੱਚ ਸਟੋਕ ਸ਼ਾਮਲ ਹੁੰਦਾ ਹੈ। ਜਦੋਂ ਤੱਕ ਕਿ ਸਟੋਕ ਅਤੇ ਸ਼ੇਅਰ ਵਿੱਚ ਅੰਤਰ ਦਰਸਾਇਆ ਜਾਂ ਲਾਗੂ ਨਾ ਕੀਤਾ ਗਿਆ ਹੋਵੇ। ਉਹ ਵਿਅਕਤੀ ਜਿਹੜਾ ਸ਼ੇਅਰ ਦਾ ਓਨਰ ਹੁੰਦਾ ਹੈ ਉਸਨੂੰ ਸ਼ੇਅਰ ਹੋਲਡਰ ਕਿਹਾ ਜਾਂਦਾ ਹੈ ਅਤੇ ਆਪਣੇ ਇਨਵੈਸਟਮੈਂਟ ਉੱਤੇ ਉਸਨੂੰ ਜਿਹੜਾ ਲਾਭ ਪ੍ਰਾਪਤ ਹੁੰਦਾ ਹੈ ਉਸਨੂੰ ਡਿਵੀਡੈਂਟ ਕਿਹਾ ਜਾਂਦਾ ਹੈ। ਆਓ ਸ਼ੇਅਰ ਅਤੇ ਸ਼ੇਅਰ ਕੈਪੀਟਲ ਦੇ ਕੋਨਸੈਪਟ ਨੂੰ ਸਮਝਣ ਲਈ ਇੱਕ ਐਗਜ਼ਾਮਪਲ ਲਈਏ। ਜੇਕਰ ਇੱਕ ਕੰਪਨੀ ਦਾ ਟੋਟਲ ਕੈਪੀਟਲ 4 ਲੱਖ ਹੋਵੇ ਜਿਹੜਾ 10 ਰੁਪਏ ਦੇ 40,000 ਸ਼ੇਅਰਸ ਵਿੱਚ ਵੰਡਿਆ ਗਿਆ ਹੋਵੇ ਤਾਂ ਹਰੇਕ ਯੂਨਿਟ ਨੂੰ ਸ਼ੇਅਰ ਕਿਹਾ ਜਾਂਦਾ ਹੈ। ਇਸ ਕੇਸ ਵਿੱਚ 40,000 ਸ਼ੇਅਰ ਹਨ, ਭਾਵ ਹਰੇਕ ਸ਼ੇਅਰ 10 ਰੁਪਏ ਦਾ ਹੈ ਅਤੇ ਕੈਪੀਟਲ 4 ਲੱਖ ਰੁਪਏ ਹੈ। ਸ਼ੇਅਰਸ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇੱਕ ਕੰਪਨੀ ਦੇ ਸ਼ੇਅਰਸ ਉਸਦੀ ਮੂਵੇਬਲ ਪ੍ਰੋਪਰਟੀ ਹੁੰਦੀ ਹੈ ਅਤੇ ਇਹ ਸ਼ੇਅਰਸ ਆਰਟੀਕਲਸ ਆਫ ਐਸੋਸੀਏਸ਼ਨ ਵਿੱਚ ਦੱਸੇ ਗਏ ਢੰਗ ਅਨੁਸਾਰ ਟ੍ਰਾਂਸਫਰੇਬਲ ਹੁੰਦੇ ਹਨ। ਜਿਵੇਂ ਇੱਕ ਸੀਮੈਂਟ ਦਾ ਬੈਗ ਮੂਵੇਬਲ ਪ੍ਰੋਪਰਟੀ ਹੈ, ਉਸੇ ਤਰ੍ਹਾਂ ਇੱਕ ਸ਼ੇਅਰ ਵੀ ਮੂਵੇਬਲ ਪ੍ਰੋਪਰਟੀ ਹੁੰਦਾ ਹੈ। ਅਜਿਹੀਆਂ ਕਮੋਡਿਟੀਜ਼ ਲੈਜਿਸਲੇਸ਼ਨ ਦੁਆਰਾ ਹੋਂਦ ਵਿੱਚ ਨਹੀਂ ਲਿਆਂਦੀਆਂ ਜਾਂਦੀਆਂ, ਪਰ ਇੱਕ ਕੰਪਨੀ ਵਿੱਚ ਸ਼ੇਅਰ ਇੱਕ ਵੱਖਰੀ ਕਿਸਮ ਦੀ ਪ੍ਰੋਪਰਟੀ ਹੁੰਦੀ ਹੈ। ਇਸ ਦੀ ਨੇਚਰ ਕਾਰਪੋਰੀਅਲ ਹੁੰਦੀ ਹੈ ਅਤੇ ਇਹ ਰਾਈਟਸ ਵਿੱਚ ਓਬਲੀਗੇਸ਼ਨਸ ਦੇ ਬੰਡਲਸ ਵਾਂਗ ਹੁੰਦੀ ਹੈ। ਹੁਣ ਅਸੀਂ ਵੱਖ ਵੱਖ ਤਰ੍ਹਾਂ ਦੇ ਸ਼ੇਅਰਸ ਬਾਰੇ ਪੜ੍ਹਾਂਗੇ। ਕੰਪਨੀਜ਼ ਐਕਟ ਦੇ ਸੈਕਸ਼ਨ 86 ਅਨੁਸਾਰ ਇੱਕ ਕੰਪਨੀ ਕੇਵਲ 2 ਤਰ੍ਹਾਂ ਦੇ ਸ਼ੇਅਰ ਜਾਰੀ ਕਰ ਸਕਦੀ ਹੈ, ਜੋ ਹਨ ਪ੍ਰੈਫਰੈਂਸ ਸ਼ੇਅਰਸ ਅਤੇ ਇਕੁਇਟੀ ਸ਼ੇਅਰਸ। ਸ਼ੇਅਰਸ ਦੀ ਫਸਟ ਬ੍ਰੌਡ ਕੈਟੇਗਰੀ ਨੂੰ ਪ੍ਰੈਫਰੈਂਸ ਸ਼ੇਅਰਸ ਕਿਹਾ ਜਾਂਦਾ ਹੈ। ਕੰਪਨੀਜ਼ ਐਕਟ ਇੱਕ ਪ੍ਰੈਫਰੈਂਸ ਸ਼ੇਅਰ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਦਾ ਹੈ ਕਿ ਇਹ ਕੰਪਨੀ ਦੇ ਸ਼ੇਅਰ ਕੈਪੀਟਲ ਦਾ ਉਹ ਭਾਗ ਹੈ ਜਿਸ ਵਿੱਚ ਪ੍ਰੀਫਰੈਂਸ਼ੀਅਲ ਰਾਈਟਸ ਇਸ ਤਰ੍ਹਾਂ ਸ਼ਾਮਿਲ ਹੁੰਦੇ ਹਨ। ਇੱਕ ਫਿਕਸਡ ਰੇਟ 'ਤੇ ਡਿਵੀਡੈਂਡ ਦੀ ਅਦਾਇਗੀ, ਕੰਪਨੀ ਨੂੰ ਵਾਈਂਡ ਅਪ ਕਰਨ 'ਤੇ ਕੈਪੀਟਲ ਉੱਤੇ ਆਉਣ ਵਾਲਾ ਰਿਟਰਨ। ਪ੍ਰੈਫਰੈਂਸ ਸ਼ੇਅਰਸ ਨੂੰ ਹੇਠ ਲਿਖੇ ਫੀਚਰਸ ਦੁਆਰਾ ਕਰੈਕਟਰਾਈਜ਼ ਕੀਤਾ ਜਾ ਸਕਦਾ ਹੈ। ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਕੰਪਨੀ ਦੇ ਨੈੱਟ ਪ੍ਰੋਫਿਟ ਵਿੱਚੋਂ ਫਿਕਸਡ ਰੇਟ ਉੱਤੇ ਡਿਵੀਡੈਂਡ ਪ੍ਰਾਪਤ ਹੁੰਦਾ ਹੈ। ਉਹਨਾਂ ਨੂੰ ਡਿਵੀਡੈਂਡ ਵੰਡਣ ਤੋਂ ਬਾਅਦ ਬੈਲੈਂਸ ਨੂੰ ਇਕੁਇਟੀ ਸ਼ੇਅਰ ਹੋਲਡਰਸ ਦੇ ਡਿਵੀਡੈਂਡ ਦੇ ਐਲਾਨ ਲਈ ਵਰਤਿਆ ਜਾ ਸਕਦਾ ਹੈ। ਇਸੇ ਤਰ੍ਹਾਂ ਕੰਪਨੀ ਦੇ ਡੈਬਿਟ ਦੀ ਅਦਾਇਗੀ ਤੋਂ ਬਾਅਦ ਬਚਦੇ ਅਸੈਟਸ ਨੂੰ ਪਹਿਲਾਂ ਪ੍ਰੈਫਰੈਂਸ ਸ਼ੇਅਰ ਹੋਲਡਰਸ ਦੁਆਰਾ ਦਿੱਤੀ ਗਈ ਕੈਪੀਟਲ ਦੀ ਅਦਾਇਗੀ ਲਈ ਵਰਤਿਆ ਜਾਂਦਾ ਹੈ। ਪ੍ਰੈਫਰੈਂਸ ਸ਼ੇਅਰਸ ਦੇ ਰੇਟ ਆਫ ਡਿਵੀਡੈਂਡਸ ਐਸੋਸੀਏਸ਼ਨ ਵਿੱਚ ਸਪੈਸੀਫਾਈ ਹਨ ਅਤੇ ਇਹਨਾਂ ਸ਼ੇਅਰਸ ਨਾਲ ਵੋਟਿੰਗ ਰਾਈਟਸ ਪ੍ਰਾਪਤ ਨਹੀਂ ਹੁੰਦੇ ਹਨ।
ਪ੍ਰੈਫਰੈਂਸ ਸ਼ੇਅਰਸ ਨੂੰ ਅੱਗੇ ਹੇਠ ਲਿਖੀਆਂ ਕਿਸਮਾਂ ਵਿੱਚ ਕਲਾਸੀਫਾਈ ਕੀਤਾ ਜਾ ਸਕਦਾ ਹੈ ਕਿਊਮੂਲੇਟਿਵ ਪ੍ਰੈਫਰੈਂਸ ਸ਼ੇਅਰਸ ਨੋਨ ਕਿਊਮੂਲੇਟਿਵ ਪ੍ਰੈਫਰੈਂਸ ਸ਼ੇਅਰਸ ਪਾਰਟੀਸੀਪੇਟਿੰਗ ਪ੍ਰੈਫਰੈਂਸ ਸ਼ੇਅਰਸ ਨੋਨ ਪਾਰਟੀਸੀਪੇਟਿੰਗ ਪ੍ਰੈਫਰੈਂਸ ਸ਼ੇਅਰਸ ਕਨਵਰਟੇਬਲ ਪ੍ਰੈਫਰੈਂਸ ਸ਼ੇਅਰਸ ਨੋਨ ਕਨਵਰਟੇਬਲ ਪ੍ਰੈਫਰੈਂਸ ਸ਼ੇਅਰਸ ਰਿਡੀਮੇਬਲ ਪ੍ਰੈਫਰੈਂਸ ਸ਼ੇਅਰਸ ਅਤੇ ਗਰੰਟਡ ਪ੍ਰੈਫਰੈਂਸ ਸ਼ੇਅਰਸ ਕਿਊਮੂਲੇਟਿਵ ਪ੍ਰੈਫਰੈਂਸ ਸ਼ੇਅਰਸ ਇੱਕ ਪ੍ਰੈਫਰੈਂਸ ਸ਼ੇਅਰ ਨੂੰ ਕਿਊਮੂਲੇਟਿਵ ਕਿਹਾ ਜਾਂਦਾ ਹੈ ਜਦੋਂ ਡਿਵੀਡੈਂਡ ਦਾ ਏਰੀਅਰ ਕਿਊਮੂਲੇਟਿਵ ਹੁੰਦਾ ਹੈ ਅਤੇ ਅਜਿਹੇ ਏਰੀਅਰਸ ਇਕੁਇਟੀ ਸ਼ੇਅਰ ਹੋਲਡਰਸ ਨੂੰ ਕੋਈ ਵੀ ਡਿਵੀਡੈਂਡ ਦੇਣ ਤੋਂ ਪਹਿਲਾਂ ਦਿੱਤੇ ਜਾਂਦੇ ਹਨ ਕਿਸੇ ਸਾਲ ਦੇ ਡਿਵੀਡੈਂਡ ਦੇ ਏਰੀਅਰਸ ਨੂੰ ਅਗਲੇ ਸਾਲ ਦੇ ਲਾਭ ਉੱਤੇ ਚਾਰਜ ਦੇ ਰੂਪ ਵਿੱਚ ਅੱਗੇ ਲਿਆਂਦਾ ਜਾਂਦਾ ਹੈ ਇਸ ਲਈ ਜਦੋਂ ਕੰਪਨੀ ਇਕੁਇਟੀ ਸ਼ੇਅਰ ਹੋਲਡਰਸ ਨੂੰ ਡਿਵੀਡੈਂਡ ਦੇਣਾ ਚਾਹੁੰਦੀ ਹੈ ਉਸਨੂੰ ਕਿਊਮੂਲੇਟਿਵ ਸ਼ੇਅਰ ਹੋਲਡਰਸ ਨੂੰ ਅਜਿਹੇ ਡਿਵੀਡੈਂਡ ਦੇ ਏਰੀਅਰਸ ਦੀ ਅਦਾਇਗੀ ਪਹਿਲਾਂ ਕਰਨੀ ਪੈਂਦੀ ਹੈ ਪ੍ਰੈਫਰੈਂਸ ਸ਼ੇਅਰਸ ਹਮੇਸ਼ਾ ਕਿਊਮੂਲੇਟਿਵ ਮੰਨੇ ਜਾਂਦੇ ਹਨ ਜੇਕਰ ਉਹਨਾਂ ਨੂੰ ਆਰਟੀਕਲਸ ਆਫ ਐਸੋਸੀਏਸ਼ਨ ਦੁਆਰਾ ਨੋਨ ਕਿਊਮੂਲੇਟਿਵ ਨਾ ਬਣਾਇਆ ਜਾਵੇ ਨੋਨ ਕਿਊਮੂਲੇਟਿਵ ਪ੍ਰੈਫਰੈਂਸ ਸ਼ੇਅਰਸ ਉਹ ਸ਼ੇਅਰ ਜਿਨ੍ਹਾਂ ਉੱਤੇ ਡਿਵੀਡੈਂਡ ਇਕੱਠਾ ਨਹੀਂ ਹੁੰਦਾ ਨੂੰ ਨੋਨ ਕਿਊਮੂਲੇਟਿਵ ਪ੍ਰੈਫਰੈਂਸ ਸ਼ੇਅਰਸ ਕਿਹਾ ਜਾਂਦਾ ਹੈ ਜੇਕਰ ਕਿਸੇ ਸਾਲ ਡਿਵੀਡੈਂਡ ਨਹੀਂ ਦਿੱਤਾ ਜਾਂਦਾ ਹੈ ਤਾਂ ਉਸ ਸਾਲ ਦਾ ਡਿਵੀਡੈਂਡ ਖਤਮ ਹੋ ਜਾਂਦਾ ਹੈ ਅਤੇ ਉਸ ਸਾਲ ਦੇ ਲਾਭ ਵਿੱਚੋਂ ਸ਼ੇਅਰ ਹੋਲਡਰ ਡਿਵੀਡੈਂਡ ਦੇ ਏਰੀਅਰਸ ਲਈ ਦਾਅਵਾ ਨਹੀਂ ਕਰ ਸਕਦੇ ਹਨ ਪਾਰਟੀਸੀਪੇਟਿੰਗ ਪ੍ਰੈਫਰੈਂਸ ਸ਼ੇਅਰਸ ਇਹਨਾਂ ਸ਼ੇਅਰਸ ਦੇ ਹੋਲਡਰਸ ਹੇਠ ਲਿਖੇ ਦੇ ਦਾਅਵੇਦਾਰ ਹੁੰਦੇ ਹਨ ਫਿਕਸਡ ਡਿਵੀਡੈਂਟ ਇਕੁਇਟੀ ਸ਼ੇਅਰ ਹੋਲਡਰਸ ਨੂੰ ਸਪੈਸੀਫਾਈਡ ਰੇਟ 'ਤੇ ਡਿਵੀਡੈਂਟ ਦੇਣ ਤੋਂ ਬਾਅਦ ਬਾਕੀ ਬਚਦੇ ਵਾਧੂ ਲਾਭ ਵਿੱਚ ਇੱਕ ਸ਼ੇਅਰ ਹੁੰਦਾ ਹੈ ਕੰਪਨੀ ਦੇ ਵਾਈਂਡਿੰਗ ਅਪ ਦੇ ਸਮੇਂ ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਅਸੈਟਸ ਦੇ ਸਰਪਲਸ ਵਿੱਚ ਪਾਰਟੀਸੀਪੇਟ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ ਉਸ ਸਰਪਲਸ ਵਿੱਚ ਜੋ ਇਕੁਇਟੀ ਸ਼ੇਅਰ ਹੋਲਡਰਸ ਨੂੰ ਪੇ ਕਰਨ ਦੇ ਬਾਅਦ ਬਚਦਾ ਹੈ ਨੋਨ ਪਾਰਟੀਸੀਪੇਟਿੰਗ ਪ੍ਰੈਫਰੈਂਸ ਸ਼ੇਅਰਸ ਇਹਨਾਂ ਸ਼ੇਅਰ ਹੋਲਡਰਸ ਨੂੰ ਇੱਕ ਫਿਕਸਡ ਰੇਟ 'ਤੇ ਡਿਵੀਡੈਂਟ ਪ੍ਰਾਪਤ ਹੁੰਦਾ ਹੈ ਅਤੇ ਸਰਪਲਸ ਪ੍ਰੋਫਿਟਸ ਵਿੱਚ ਇਹਨਾਂ ਦਾ ਕੋਈ ਵੀ ਹਿੱਸਾ ਨਹੀਂ ਹੁੰਦਾ ਹੈ ਜੇਕਰ ਆਰਟੀਕਲਸ ਆਫ ਐਸੋਸੀਏਸ਼ਨ ਵਿੱਚ ਕੁਝ ਵੀ ਦੱਸਿਆ ਗਿਆ ਹੋਵੇ ਤਾਂ ਪ੍ਰੈਫਰੈਂਸ ਸ਼ੇਅਰਸ ਨੂੰ ਨੋਨ ਪਾਰਟੀਸੀਪੇਟਿੰਗ ਪ੍ਰੈਫਰੈਂਸ ਸ਼ੇਅਰਸ ਮੰਨਿਆ ਜਾਂਦਾ ਹੈ ਕਨਵਰਟੇਬਲ ਪ੍ਰੈਫਰੈਂਸ ਸ਼ੇਅਰਸ ਉਹ ਸ਼ੇਅਰ ਹੁੰਦੇ ਹਨ ਜੋ ਕਿ ਇੱਕ ਨਿਸ਼ਚਿਤ ਸਮੇਂ ਵਿੱਚ ਇਕੁਇਟੀ ਸ਼ੇਅਰਸ ਵਿੱਚ ਬਦਲੇ ਜਾ ਸਕਦੇ ਹਨ ਦੂਜੇ ਪਾਸੇ ਨੋਨ ਕਨਵਰਟੇਬਲ ਪ੍ਰੈਫਰੈਂਸ ਸ਼ੇਅਰਸ ਉਹ ਸ਼ੇਅਰ ਹੁੰਦੇ ਹਨ ਜਿਨ੍ਹਾਂ ਨੂੰ ਇਕੁਇਟੀ ਸ਼ੇਅਰਸ ਵਿੱਚ ਬਦਲਣ ਦਾ ਕੋਈ ਅਧਿਕਾਰ ਪ੍ਰਾਪਤ ਨਹੀਂ ਹੁੰਦਾ ਹੈ ਰਿਡੀਮੇਬਲ ਪ੍ਰੈਫਰੈਂਸ ਸ਼ੇਅਰਸ ਉਹ ਸ਼ੇਅਰ ਜਿਹੜੇ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਜਾਂ ਕੰਪਨੀ ਦੀ ਇੱਛਾ ਅਨੁਸਾਰ ਰਿਡੀਮ ਕਰ ਦਿੱਤੇ ਜਾਂਦੇ ਹਨ ਉਹਨਾਂ ਨੂੰ ਰਿਡੀਮੇਬਲ ਪ੍ਰੈਫਰੈਂਸ ਸ਼ੇਅਰਸ ਕਿਹਾ ਜਾਂਦਾ ਹੈ ਗਰੰਟਿਡ ਪ੍ਰੈਫਰੈਂਸ ਸ਼ੇਅਰਸ ਇਹਨਾਂ ਸ਼ੇਅਰਸ ਨੂੰ ਫਿਕਸਡ ਡਿਵੀਡੈਂਡ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ ਭਾਵੇਂ ਕੰਪਨੀ ਨੂੰ ਪ੍ਰੋਫਿਟ ਨਾ ਹੋਵੇ ਜਾਂ ਇਨਸਫੀਸ਼ੀਐਂਟ ਪ੍ਰੋਫਿਟ ਹੋਵੇ ਸ਼ੇਅਰਸ ਦੀ ਦੂਜੀ ਬ੍ਰੌਡ ਕੈਟੇਗਰੀ ਇਕੁਇਟੀ ਸ਼ੇਅਰਸ ਹੈ ਸਾਧਾਰਨ ਸ਼ਬਦਾਂ ਵਿੱਚ ਉਹ ਸ਼ੇਅਰਸ ਜਿਹੜੇ ਪ੍ਰੈਫਰੈਂਸ ਸ਼ੇਅਰਸ ਨਹੀਂ ਹੁੰਦੇ ਹਨ ਉਹ ਇਕੁਇਟੀ ਸ਼ੇਅਰਸ ਕਹਿਲਾਉਂਦੇ ਹਨ ਸ਼ੇਅਰਸ ਨੂੰ ਕੋਈ ਵੀ ਪ੍ਰੀਫਰੈਂਸ਼ੀਅਲ ਰਾਈਟ ਪ੍ਰਾਪਤ ਨਹੀਂ ਹੁੰਦਾ ਹੈ ਇਹਨਾਂ ਦਾ ਨੰਬਰ ਡਿਵੀਡੈਂਡ ਦੀ ਅਦਾਇਗੀ ਲਈ ਅਤੇ ਕੈਪੀਟਲ ਦੀ ਮੁੜ ਅਦਾਇਗੀ ਲਈ ਪ੍ਰੈਫਰੈਂਸ ਸ਼ੇਅਰਸ ਤੋਂ ਬਾਅਦ ਆਉਂਦਾ ਹੈ ਡਿਵੀਡੈਂਡ ਦੀ ਦਰ ਵੀ ਨਿਸ਼ਚਿਤ ਨਹੀਂ ਹੁੰਦੀ ਹੈ ਅਤੇ ਇਸ ਸਾਲ ਦਰ ਸਾਲ ਕੰਪਨੀ ਦੇ ਲਾਭ ਦੇ ਨਾਲ ਬਦਲ ਸਕਦੀ ਹੈ ਇਕੁਇਟੀ ਸ਼ੇਅਰ ਹੋਲਡਰਸ ਕੰਪਨੀ ਦੇ ਅਸਲੀ ਓਨਰਸ ਹੁੰਦੇ ਹਨ ਅਤੇ ਇਕੁਇਟੀ ਸ਼ੇਅਰ ਹੋਲਡਰਸ ਨੂੰ ਕੰਪਨੀ ਦੀ ਮੈਨੇਜਮੈਂਟ ਵਿੱਚ ਵੋਟਿੰਗ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ ਵੱਖ ਵੱਖ ਤਰ੍ਹਾਂ ਦੇ ਸ਼ੇਅਰਸ ਦੇ ਬਾਰੇ
ਵਿੱਚ ਪੜ੍ਹਨ ਤੋਂ ਬਾਅਦ ਹੁਣ ਅਸੀਂ ਸ਼ੇਅਰ ਕੈਪੀਟਲ ਦੀਆਂ ਕਿਸਮਾਂ ਬਾਰੇ ਪੜ੍ਹਾਂਗੇ। ਕੰਪਨੀ ਦੇ ਸ਼ੇਅਰ ਦੀ ਨੋਮੀਨਲ ਵੈਲਿਊ ਦੇ ਕੁੱਲ ਜੋੜ ਨੂੰ ਕੰਪਨੀ ਦਾ ਸ਼ੇਅਰ ਕੈਪੀਟਲ ਕਿਹਾ ਜਾਂਦਾ ਹੈ ਅਤੇ ਇਹ ਹੇਠ ਲਿਖੀਆਂ ਕਿਸਮਾਂ ਦਾ ਹੁੰਦਾ ਹੈ। ਆਥੋਰਾਈਜ਼ਡ ਕੈਪੀਟਲ, ਇਸ਼ੂਡ ਕੈਪੀਟਲ, ਸਬਸਕ੍ਰਾਈਬਡ ਕੈਪੀਟਲ, ਕਾਲਡ ਅਪ ਕੈਪੀਟਲ ਅਤੇ ਪੇਡ ਅਪ ਕੈਪੀਟਲ। ਆਥੋਰਾਈਜ਼ਡ ਕੈਪੀਟਲ, ਕੈਪੀਟਲ ਦੀ ਉਹ ਰਾਸ਼ੀ ਹੁੰਦੀ ਹੈ ਜਿਸ ਨਾਲ ਕੰਪਨੀ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਸ਼ੇਅਰ ਕੈਪੀਟਲ ਦੀ ਵੱਧ ਤੋਂ ਵੱਧ ਰਾਸ਼ੀ ਹੁੰਦੀ ਹੈ ਜਿਹੜੀ ਕੰਪਨੀ ਆਪਣੇ ਆਰਟੀਕਲਸ ਆਫ ਐਸੋਸੀਏਸ਼ਨ ਅਤੇ ਮੈਮੋਰੈਂਡਮ ਵਿੱਚ ਜਾਰੀ ਕਰਦੀ ਹੈ। ਇਸ ਮੈਕਸੀਮਮ ਲਿਮਿਟ ਤੋਂ ਅੱਗੇ ਕੰਪਨੀ ਸ਼ੇਅਰਸ ਜਾਰੀ ਨਹੀਂ ਕਰ ਸਕਦੀ ਜੇਕਰ ਮੈਮੋਰੈਂਡਮ ਦੇ ਕੈਪੀਟਲ ਕਲੋਜ਼ ਵਿੱਚ ਬਦਲਾਅ ਨਾ ਕੀਤਾ ਜਾਵੇ। ਇਸ ਨੂੰ ਨੋਮੀਨਲ ਜਾਂ ਰਜਿਸਟਰਡ ਕੈਪੀਟਲ ਵੀ ਕਿਹਾ ਜਾਂਦਾ ਹੈ। ਇਸ਼ੂਡ ਕੈਪੀਟਲ ਨੋਮੀਨਲ ਕੈਪੀਟਲ ਦਾ ਉਹ ਭਾਗ ਹੁੰਦਾ ਹੈ ਜੋ ਕਿ ਅਸਲ ਵਿੱਚ ਕੰਪਨੀ ਦੇ ਪਬਲਿਕ ਸਬਸਕ੍ਰਿਪਸ਼ਨ ਲਈ ਜਾਰੀ ਕੀਤੇ ਹੁੰਦੇ ਹਨ। ਕੰਪਨੀ ਲਈ ਸਾਰਾ ਆਥੋਰਾਈਜ਼ਡ ਕੈਪੀਟਲ ਇੱਕੋ ਵਾਰ ਜਾਰੀ ਕਰਨਾ ਜ਼ਰੂਰੀ ਨਹੀਂ ਹੁੰਦਾ ਹੈ। ਜਦੋਂ ਕੰਪਨੀ ਨੂੰ ਫੰਡ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਹ ਕੈਪੀਟਲ ਨੂੰ ਇਸ ਢੰਗ ਨਾਲ ਵਧਾਉਂਦੀ ਹੈ। ਨੋਮੀਨਲ ਅਤੇ ਇਸ਼ੂਡ ਕੈਪੀਟਲ ਵਿਚਲੇ ਅੰਤਰ ਨੂੰ ਅਨ ਇਸ਼ੂਡ ਕੈਪੀਟਲ ਕਿਹਾ ਜਾਂਦਾ ਹੈ ਜੋ ਕਿ ਪਬਲਿਕ ਵਿੱਚ ਬਾਅਦ ਵਿੱਚ ਜਾਰੀ ਕੀਤੇ ਜਾ ਸਕਦੇ ਹਨ। ਜਦੋਂ ਸਾਰਾ ਆਥੋਰਾਈਜ਼ਡ ਕੈਪੀਟਲ ਪਬਲਿਕ ਨੂੰ ਦਿੱਤਾ ਜਾਂਦਾ ਹੈ ਤਾਂ ਆਥੋਰਾਈਜ਼ਡ ਅਤੇ ਇਸ਼ੂਡ ਕੈਪੀਟਲ ਸਮਾਨ ਹੁੰਦਾ ਹੈ। ਇਸ਼ੂਡ ਕੈਪੀਟਲ ਆਥੋਰਾਈਜ਼ਡ ਕੈਪੀਟਲ ਨਾਲੋਂ ਵੱਧ ਨਹੀਂ ਹੋ ਸਕਦੀ ਹੈ। ਇਸ਼ੂਡ ਕੈਪੀਟਲ ਵਿੱਚ ਪਬਲਿਕ, ਵੈਂਡਰਸ, ਮੈਮੋਰੈਂਡਮ ਆਫ ਐਸੋਸੀਏਸ਼ਨ ਦੇ ਸਿਗਨੇਟਰੀਜ਼ ਆਦਿ ਨੂੰ ਜਾਰੀ ਕੀਤੇ ਸ਼ੇਅਰਸ ਸ਼ਾਮਲ ਹੁੰਦੇ ਹਨ। ਸਬਸਕ੍ਰਾਈਬਡ ਕੈਪੀਟਲ ਸ਼ੇਅਰ ਦੀ ਨੋਮੀਨਲ ਵੈਲਿਊ ਦੀ ਉਹ ਰਾਸ਼ੀ ਹੈ ਜਿਹੜੀ ਅਸਲ ਵਿੱਚ ਪਬਲਿਕ ਦੁਆਰਾ ਲਈ ਗਈ ਹੁੰਦੀ ਹੈ। ਇਹ ਨੋਮੀਨਲ ਕੈਪੀਟਲ ਦਾ ਇੱਕ ਪਾਰਟ ਹੁੰਦਾ ਹੈ ਜਿਹੜਾ ਕਿ ਉਹਨਾਂ ਸ਼ੇਅਰ ਹੋਲਡਰਸ ਦੁਆਰਾ ਅਸਲ ਵਿੱਚ ਲਿਆ ਗਿਆ ਹੁੰਦਾ ਹੈ ਜਿਹੜੇ ਕੰਸਿਡਰੇਸ਼ਨ ਦੇਣ ਲਈ ਉਹਨਾਂ ਨੂੰ ਇਸ਼ੂਡ ਸ਼ੇਅਰਸ ਲਈ ਕੈਸ਼ ਦੇਣ ਲਈ ਤਿਆਰ ਹੁੰਦੇ ਹਨ। ਜਿੱਥੇ ਸਬਸਕ੍ਰਿਪਸ਼ਨ ਲਈ ਜਾਰੀ ਕੀਤੇ ਸ਼ੇਅਰ ਸਾਰੇ ਸਬਸਕ੍ਰਾਈਬਡ ਕਰਨ ਲਈ ਹੁੰਦੇ ਹਨ। ਇਸ਼ੂਡ ਕੈਪੀਟਲ ਦਾ ਅਰਥ ਵੀ ਉਹੀ ਹੁੰਦਾ ਹੈ ਜੋ ਸਬਸਕ੍ਰਾਈਬਡ ਕੈਪੀਟਲ ਦਾ ਹੁੰਦਾ ਹੈ। ਇਸ਼ੂਡ ਕੈਪੀਟਲ ਦਾ ਜਿਹੜਾ ਭਾਗ ਸਬਸਕ੍ਰਾਈਬ ਨਹੀਂ ਹੁੰਦਾ ਹੈ ਉਸਨੂੰ ਅਨਸਬਸਕ੍ਰਾਈਬਡ ਕੈਪੀਟਲ ਕਿਹਾ ਜਾਂਦਾ ਹੈ। ਸਬਸਕ੍ਰਾਈਬਡ ਕੈਪੀਟਲ ਇਸ਼ੂਡ ਕੈਪੀਟਲ ਨਾਲੋਂ ਵੱਧ ਨਹੀਂ ਹੋ ਸਕਦੀ ਹੈ। ਆਓ ਆਥੋਰਾਈਜ਼ਡ, ਇਸ਼ੂਡ ਅਤੇ ਸਬਸਕ੍ਰਾਈਬਡ ਕੈਪੀਟਲ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਣ ਲਈ ਇੱਕ ਉਦਾਹਰਣ ਲਈਏ। ਮੰਨ ਲਓ ਇੱਕ ਕੰਪਨੀ 5 ਲੱਖ ਰੁਪਏ ਦੇ ਕੈਪੀਟਲ ਨਾਲ ਇਨਕੋਰਪੋਰੇਟ ਕੀਤੀ ਗਈ ਜਿਸ ਨੂੰ 10 ਰੁਪਏ ਦੇ 50,000 ਸ਼ੇਅਰਸ ਵਿੱਚ ਵੰਡਿਆ ਗਿਆ ਹੈ। ਉਸਨੇ 40,000 ਸ਼ੇਅਰ ਪਬਲਿਕ ਨੂੰ ਜਾਰੀ ਕਰ ਦਿੱਤੇ। ਪਬਲਿਕ ਨੇ ਸਬਸਕ੍ਰਾਈਬ ਕੀਤੇ 30,000 ਸ਼ੇਅਰ, 35,000 ਸ਼ੇਅਰ, 45,000 ਸ਼ੇਅਰ। ਆਥੋਰਾਈਜ਼ਡ, ਇਸ਼ੂਡ ਅਤੇ ਸਬਸਕ੍ਰਾਈਬਡ ਕੈਪੀਟਲ ਦੀ ਰਾਸ਼ੀ ਕੀ ਹੋਵੇਗੀ? ਆਥੋਰਾਈਜ਼ਡ ਕੈਪੀਟਲ, ਕਿਉਂਕਿ ਕੰਪਨੀ 10 ਰੁਪਏ ਵਾਲੇ 50,000 ਸ਼ੇਅਰ ਨਾਲ ਇਨਕੋਰਪੋਰੇਟ ਜਾਂ ਰਜਿਸਟਰਡ ਹੁੰਦੀ ਹੈ, ਇਸ ਲਈ ਆਥੋਰਾਈਜ਼ਡ ਕੈਪੀਟਲ 50,000 × 10 ਭਾਵ 5 ਲੱਖ ਰੁਪਏ ਹੋਵੇਗੀ। ਇਸ਼ੂਡ ਕੈਪੀਟਲ, ਕੰਪਨੀ ਨੇ ਪਬਲਿਕ ਨੂੰ 10 ਰੁਪਏ ਵਾਲੇ 40,000 ਸ਼ੇਅਰ ਜਾਰੀ ਕੀਤੇ, ਇਸ ਲਈ ਇਸ਼ੂਡ ਕੈਪੀਟਲ 40,000 ਸ਼ੇਅਰ ਗੁਣਾ 10 ਭਾਵ 4 ਲੱਖ ਰੁਪਏ ਹੋਵੇਗੀ। ਸਬਸਕ੍ਰਾਈਬ ਕੈਪੀਟਲ, ਕੇਸ ਏ ਵਿੱਚ ਕਿਉਂਕਿ ਪਬਲਿਕ ਨੇ ਸਿਰਫ 30,000 ਸ਼ੇਅਰ ਸਬਸਕ੍ਰਾਈਬ ਕੀਤੇ, ਸਬਸਕ੍ਰਾਈਬ ਕੈਪੀਟਲ 30,000 ਸ਼ੇਅਰ ਗੁਣਾ 10 ਭਾਵ 3 ਲੱਖ ਰੁਪਏ ਹੋਵੇਗੀ। ਕੇਸ ਬੀ ਵਿੱਚ ਕਿਉਂਕਿ ਪਬਲਿਕ ਨੇ ਸਿਰਫ 35,000 ਸ਼ੇਅਰ ਸਬਸਕ੍ਰਾਈਬ ਕੀਤੇ, ਸਬਸਕ੍ਰਾਈਬਡ ਕੈਪੀਟਲ 35,000 ਸ਼ੇਅਰ ਗੁਣਾ 10 ਭਾਵ 3,50,000 ਰੁਪਏ ਹੋਵੇਗੀ।
ਕੇਸ ਸੀ ਵਿੱਚ ਪਬਲਿਕ ਨੇ 45,000 ਸ਼ੇਅਰ ਸਬਸਕ੍ਰਾਈਬ ਕੀਤੇ। ਇਹ ਨੋਟ ਕਰਨਾ ਜ਼ਰੂਰੀ ਹੈ ਕਿ ਸਬਸਕ੍ਰਾਈਬ ਕੈਪੀਟਲ ਇਸ਼ੂਡ ਕੈਪੀਟਲ ਨਾਲੋਂ ਵੱਧ ਨਹੀਂ ਹੋ ਸਕਦੀ ਹੈ। ਇਸ ਤਰ੍ਹਾਂ ਇਸ ਕੇਸ ਵਿੱਚ ਸਬਸਕ੍ਰਾਈਬਡ ਕੈਪੀਟਲ ਇਸ਼ੂਡ ਕੈਪੀਟਲ ਦੇ ਬਰਾਬਰ ਯਾਨੀ 4,00,000 ਰੁਪਏ ਹੋਵੇਗੀ। ਅੱਗੇ ਸ਼ੇਅਰ ਕੈਪੀਟਲ ਦੀ ਕਿਸਮ ਹੈ ਕਾਲਡ ਅਪ ਸ਼ੇਅਰ ਕੈਪੀਟਲ। ਸ਼ੇਅਰਹੋਲਡਰਸ ਵੱਲ ਸਬਸਕ੍ਰਾਈਬਡ ਸ਼ੇਅਰਸ ਦੀ ਬਣਦੀ ਰਕਮ ਸ਼ੇਅਰਹੋਲਡਰਸ ਤੋਂ ਇੰਸਟਾਲਮੈਂਟਸ ਵਿੱਚ ਡਿਫਰੈਂਟ ਇੰਟਰਵਲਸ 'ਤੇ ਲਈ ਜਾ ਸਕਦੀ ਹੈ। ਕਾਲਡ ਅਪ ਕੈਪੀਟਲ ਸਬਸਕ੍ਰਾਈਬਡ ਸ਼ੇਅਰ ਦੇ ਨੋਮੀਨਲ ਵੈਲਿਊ ਦੀ ਉਹ ਰਕਮ ਹੈ ਜਿਹੜੀ ਕੰਪਨੀ ਨੇ ਸ਼ੇਅਰਹੋਲਡਰਸ ਨੂੰ ਕਾਲਸ ਦੁਆਰਾ ਜਾਂ ਕਿਸੇ ਹੋਰ ਢੰਗ ਨਾਲ ਅਦਾ ਕਰਨ ਲਈ ਕਿਹਾ ਹੁੰਦਾ ਹੈ। ਉਦਾਹਰਣ ਲਈ, ਜੇਕਰ 100 ਰੁਪਏ ਵਾਲੇ 10,000 ਸ਼ੇਅਰ ਪਬਲਿਕ ਦੁਆਰਾ ਸਬਸਕ੍ਰਾਈਬ ਕੀਤੇ ਗਏ ਹੋਣ ਅਤੇ ਕੰਪਨੀ ਨੇ ਸ਼ੇਅਰਹੋਲਡਰਸ ਨੂੰ 10 ਰੁਪਏ ਐਪਲੀਕੇਸ਼ਨ ਦੇਣ ਸਮੇਂ, 20 ਰੁਪਏ ਅਲਾਟਮੈਂਟ ਸਮੇਂ ਅਤੇ 30 ਰੁਪਏ ਪਹਿਲੀ ਕਾਲ ਸਮੇਂ ਅਦਾ ਕਰਨ ਲਈ ਕਿਹਾ ਹੋਵੇ, ਤਾਂ ਕੰਪਨੀ ਦਾ ਕਾਲਡ ਅਪ ਕੈਪੀਟਲ 6,00,000 ਰੁਪਏ ਹੋਵੇਗਾ, ਭਾਵ 10,000 ਗੁਣਾ 60। ਬਾਕੀ ਬਚਦੀ ਰਕਮ ਭਾਵ 40 ਰੁਪਏ ਪਰ ਸ਼ੇਅਰ, 10,000 ਸ਼ੇਅਰਸ 'ਤੇ ਭਾਵ ਰੁਪਏ 4,00,000 ਕੰਪਨੀ ਦੀ ਅਨਕਾਲਡ ਕੈਪੀਟਲ ਹੋਵੇਗੀ। ਸ਼ੇਅਰ ਕੈਪੀਟਲ ਦੀ ਆਖਰੀ ਕੈਟੇਗਰੀ ਪੇਡ ਅਪ ਕੈਪੀਟਲ ਹੈ। ਪੇਡ ਅਪ ਕੈਪੀਟਲ ਕਾਲਡ ਅਪ ਕੈਪੀਟਲ ਦਾ ਉਹ ਭਾਗ ਹੁੰਦਾ ਹੈ ਜਿਹੜਾ ਕਿ ਕੰਪਨੀ ਦੇ ਮੈਂਬਰਸ ਨੇ ਅਸਲ ਵਿੱਚ ਅਦਾ ਕੀਤਾ ਹੁੰਦਾ ਹੈ। ਇਹ ਸ਼ੇਅਰਹੋਲਡਰਸ ਦੁਆਰਾ ਕੰਪਨੀ ਨੂੰ ਕੀਤੀ ਗਈ ਕੁੱਲ ਅਦਾਇਗੀ ਨੂੰ ਦਰਸਾਉਂਦੀ ਹੈ ਜਿਹੜੀ ਕਿ ਕੰਪਨੀ ਦੀ ਕਾਲ ਦੇ ਨਤੀਜੇ ਵਜੋਂ ਕੀਤੀ ਗਈ ਸੀ। ਇਸ ਦੀ ਕੈਲਕੂਲੇਸ਼ਨ ਪੇਡ ਅਪ ਕੈਪੀਟਲ ਇਜ ਇਕੁਅਲ ਟੂ ਕਾਲਡ ਅਪ ਕੈਪੀਟਲ ਮਾਈਨਸ ਕਾਲਸ ਇਨ ਏਰੀਅਰਸ। ਉਦਾਹਰਣ ਲਈ, ਜੇਕਰ 100 ਰੁਪਏ ਵਾਲੇ 10,000 ਸ਼ੇਅਰਸ ਵਿੱਚੋਂ ਜਿਨ੍ਹਾਂ ਉੱਤੇ ਕੰਪਨੀ ਨੇ ਸ਼ੇਅਰਹੋਲਡਰਸ ਤੋਂ 60 ਰੁਪਏ ਕਾਲ ਕੀਤੇ ਸੀ, ਇੱਕ ਸ਼ੇਅਰਹੋਲਡਰ ਜਿਸ ਕੋਲ 100 ਸ਼ੇਅਰ ਹਨ ਉਸਦੇ ਸ਼ੇਅਰਸ ਉੱਤੇ 30 ਰੁਪਏ ਦੀ ਪਹਿਲੀ ਕਾਲ ਅਦਾ ਕਰਨ ਵਿੱਚ ਅਸਫਲ ਹੋ ਜਾਂਦਾ ਹੈ, ਕੰਪਨੀ ਦਾ ਪੇਡ ਅਪ ਕੈਪੀਟਲ 6,03,000 ਭਾਵ 5,97,000 ਰੁਪਏ ਹੋਵੇਗਾ। ਅੰਤ ਵਿੱਚ ਅਸੀਂ ਪੜ੍ਹਾਂਗੇ ਕਿ ਸ਼ੇਅਰ ਕੈਪੀਟਲ ਨੂੰ ਵਧਾਇਆ ਕਿਵੇਂ ਜਾ ਸਕਦਾ ਹੈ ਜਾਂ ਸ਼ੇਅਰਸ ਦੇ ਪਬਲਿਕ ਇਸ਼ੂ ਲਈ ਕਿਹੜਾ ਢੰਗ ਅਪਣਾਇਆ ਜਾਂਦਾ ਹੈ। ਸ਼ੇਅਰਸ ਦੇ ਪਬਲਿਕ ਇਸ਼ੂ ਵਿੱਚ ਹੇਠ ਲਿਖੇ ਸਟੈਪਸ ਸ਼ਾਮਲ ਹੁੰਦੇ ਹਨ। ਇਸ਼ੂ ਆਫ ਪ੍ਰੋਸਪੈਕਟਸ, ਐਪਲੀਕੇਸ਼ਨ ਫੋਰ ਸ਼ੇਅਰਸ, ਅਲੋਟਮੈਂਟ ਆਫ ਸ਼ੇਅਰਸ, ਲੈਟਰ ਆਫ ਅਲੋਟਮੈਂਟ ਐਂਡ ਰਿਗਰੈਟ, ਕਾਲਸ ਔਨ ਸ਼ੇਅਰਸ। ਸਭ ਤੋਂ ਪਹਿਲਾਂ ਪਬਲਿਕ ਕੋਲੋਂ ਧਨ ਇਕੱਠਾ ਕਰਨ ਲਈ ਪਬਲਿਕ ਕੰਪਨੀ ਇੱਕ ਡਾਕੂਮੈਂਟ ਜਾਰੀ ਕਰਦੀ ਹੈ ਜਿਸ ਨੂੰ ਪ੍ਰੋਸਪੈਕਟਸ ਕਿਹਾ ਜਾਂਦਾ ਹੈ। ਪ੍ਰੋਸਪੈਕਟਸ ਵਿੱਚ ਕੰਪਨੀ ਦੇ ਸੰਬੰਧ ਵਿੱਚ ਸਾਧਾਰਨ ਜਾਣਕਾਰੀ ਹੁੰਦੀ ਹੈ ਅਤੇ ਉਸ ਰਕਮ ਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਹੁੰਦੀ ਹੈ ਜੋ ਐਪਲੀਕੈਂਟ ਨੇ ਐਪਲੀਕੇਸ਼ਨ ਅਤੇ ਅਲੋਟਮੈਂਟ ਮਨੀ ਦੇ ਰੂਪ ਵਿੱਚ ਦੇਣੀ ਹੁੰਦੀ ਹੈ। ਪ੍ਰੋਸਪੈਕਟਸ ਦੇ ਜਾਰੀ ਹੋਣ ਦੀ ਪ੍ਰਤੀਕਿਰਿਆ ਵਜੋਂ ਕੰਪਨੀ ਦੇ ਸ਼ੇਅਰਹੋਲਡਰਸ ਵੱਲੋਂ ਸ਼ੇਅਰਸ ਦੀ ਸਬਸਕ੍ਰਿਪਸ਼ਨ ਲਈ ਐਪਲੀਕੇਸ਼ਨ ਦਿੱਤੀ ਜਾਂਦੀ ਹੈ। ਕੰਪਨੀ ਇਨਵੈਸਟਰਸ ਨੂੰ ਐਪਲੀਕੇਸ਼ਨ ਨਾਲ ਪੂਰੀ ਰਕਮ ਦੇਣ ਜਾਂ ਅਲੋਟਮੈਂਟ ਅਤੇ ਹੋਰ ਕਾਲਸ ਅਤੇ ਹਿੱਸਿਆਂ ਵਿੱਚ ਅਦਾਇਗੀ ਕਰਨ ਲਈ ਕਹਿ ਸਕਦੀ ਹੈ। ਪ੍ਰੋਸਪੈਕਟਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਸੰਬੰਧਿਤ ਇਨਵੈਸਟਰਸ ਐਪਲੀਕੇਸ਼ਨ ਫੋਰਮ ਭਰਦੇ ਹਨ ਅਤੇ ਐਪਲੀਕੇਸ਼ਨ ਨਾਲ ਲੋੜੀਂਦੀ ਰਕਮ ਦਾ ਚੈੱਕ ਜਾਂ ਡਰਾਫਟ ਕੰਪਨੀ ਦੇ ਬੈਂਕਰ ਨੂੰ ਭੇਜਦੇ ਹਨ। ਉਹ ਧਨ ਜਿਸ ਦੀ ਅਦਾਇਗੀ ਐਪਲੀਕੇਸ਼ਨ ਫੋਰਮ ਨਾਲ ਕਰਨੀ ਹੁੰਦੀ ਹੈ ਨੂੰ ਐਪਲੀਕੇਸ਼ਨ ਮਨੀ ਕਿਹਾ ਜਾਂਦਾ ਹੈ ਅਤੇ ਇਹ ਸ਼ੇਅਰਸ ਦੀ ਨੋਮੀਨਲ ਵੈਲਿਊ ਦੇ 5% ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ। ਜਦੋਂ ਐਪਲੀਕੇਸ਼ਨਸ
ਪ੍ਰਾਪਤ ਕਰਨ ਦੀ ਆਖਰੀ ਮਿਤੀ ਖਤਮ ਹੋ ਜਾਂਦੀ ਹੈ ਤਾਂ ਬੋਰਡ ਆਫ ਡਾਇਰੈਕਟਰਸ ਐਪਲੀਕੇਸ਼ਨਸ ਦੀ ਐਕਸੈਪਟੈਂਸ ਜਾਂ ਰਿਜੈਕਸ਼ਨ ਦੇ ਸੰਬੰਧ ਵਿੱਚ ਫੈਸਲਾ ਲੈਂਦੇ ਹਨ। ਜੇਕਰ ਐਪਲੀਕੇਸ਼ਨ ਕੰਪਨੀ ਵੱਲੋਂ ਐਕਸੈਪਟ ਕਰ ਲਈ ਜਾਵੇ ਤਾਂ ਸ਼ੇਅਰ ਅਲੋਟ ਕੀਤੇ ਕਹੇ ਜਾ ਸਕਦੇ ਹਨ ਅਤੇ ਇਸ ਤਰ੍ਹਾਂ ਕੰਪਨੀ ਅਤੇ ਸੰਬੰਧਿਤ ਨਿਵੇਸ਼ਕ ਦੇ ਵਿੱਚ ਇੱਕ ਸਮਝੌਤਾ ਹੋ ਜਾਂਦਾ ਹੈ। ਐਪਲੀਕੇਸ਼ਨ ਐਕਸੈਪਟ ਹੋਣ ਤੋਂ ਬਾਅਦ ਐਪਲੀਕੈਂਟ ਕੰਪਨੀ ਦਾ ਸ਼ੇਅਰ ਹੋਲਡਰ ਬਣ ਜਾਂਦਾ ਹੈ। ਸ਼ੇਅਰ ਹੋਲਡਰ ਵੱਲੋਂ ਸ਼ੇਅਰਸ ਦੀ ਅਲੋਟਮੈਂਟ ਦੇ ਸਮੇਂ ਜਿਹੜਾ ਧਨ ਦਿੱਤਾ ਜਾਂਦਾ ਹੈ ਉਸਨੂੰ ਅਲੋਟਮੈਂਟ ਮਨੀ ਕਿਹਾ ਜਾਂਦਾ ਹੈ। ਕੰਪਨੀ ਕੋਈ ਵੀ ਅਲੋਟਮੈਂਟ ਨਹੀਂ ਕਰਦੀ ਹੈ ਜੇਕਰ ਉਸਨੂੰ ਪ੍ਰੋਸਪੈਕਟਸ ਵਿੱਚ ਦੱਸੀ ਗਈ ਸਬਸਕ੍ਰਿਪਸ਼ਨ ਦੀ ਘੱਟੋ ਘੱਟ ਰਾਸ਼ੀ ਪ੍ਰਾਪਤ ਨਹੀਂ ਹੁੰਦੀ ਹੈ। ਜੇਕਰ ਕਿਸੇ ਕਾਰਨ ਕਰਕੇ ਸ਼ੇਅਰਸ ਦੀ ਅਲੋਟਮੈਂਟ ਨਾ ਹੋ ਸਕੇ ਤਾਂ ਐਪਲੀਕੈਂਟ ਨੂੰ ਐਪਲੀਕੇਸ਼ਨ ਮਨੀ ਪ੍ਰੋਸਪੈਕਟਸ ਦੇ ਪਹਿਲਾਂ ਜਾਰੀ ਹੋਣ ਦੇ 120 ਦਿਨਾਂ ਦੇ ਅੰਦਰ ਬਿਨਾਂ ਵਿਆਜ ਤੋਂ ਵਾਪਸ ਦੇਣੀ ਪੈਂਦੀ ਹੈ ਅਤੇ ਜੇਕਰ ਅਜਿਹੀ ਕੋਈ ਰਕਮ ਅਗਲੇ 10 ਦਿਨਾਂ ਵਿੱਚ ਵੀ ਨਾ ਵਾਪਸ ਕੀਤੀ ਜਾਵੇ ਤਾਂ ਕੰਪਨੀ ਦੇ ਡਾਇਰੈਕਟਰਸ ਸਾਂਝੇ ਤੌਰ 'ਤੇ ਅਤੇ ਇਕੱਲੇ ਤੌਰ 'ਤੇ 130 ਦਿਨ ਖਤਮ ਹੋਣ ਤੋਂ ਬਾਅਦ 6% ਸਾਲਾਨਾ ਦੀ ਦਰ ਨਾਲ ਵਿਆਜ ਸਮੇਤ ਰਕਮ ਦੇਣ ਲਈ ਜ਼ਿੰਮੇਵਾਰ ਹੁੰਦੇ ਹਨ। ਇਸ ਤੋਂ ਬਾਅਦ ਲੈਟਰ ਆਫ ਅਲੋਟਮੈਂਟ ਜਿਸ ਉੱਤੇ ਸਟੈਂਪ ਹੁੰਦੀ ਹੈ ਸ਼ੇਅਰ ਹੋਲਡਰਸ ਨੂੰ ਭੇਜੇ ਜਾਂਦੇ ਹਨ ਜਿਨ੍ਹਾਂ ਨੂੰ ਸ਼ੇਅਰ ਅਲੋਟ ਹੋਏ ਹੁੰਦੇ ਹਨ। ਇੱਕ ਲੈਟਰ ਆਫ ਰਿਗਰੈਟ ਨਾਲ ਐਪਲੀਕੇਸ਼ਨ ਮਨੀ ਉਹਨਾਂ ਐਪਲੀਕੈਂਟਸ ਨੂੰ ਭੇਜੀ ਜਾਂਦੀ ਹੈ ਜਿਨ੍ਹਾਂ ਨੂੰ ਸ਼ੇਅਰ ਜਾਰੀ ਨਹੀਂ ਹੋਏ ਹੁੰਦੇ। ਐਪਲੀਕੇਸ਼ਨ ਅਤੇ ਅਲੋਟਮੈਂਟ ਮਨੀ ਤੋਂ ਬਾਅਦ ਜੋ ਬਾਕੀ ਬਚਦਾ ਹੈ ਉਸਨੂੰ ਕਾਲ ਮਨੀ ਦਾ ਨਾਂ ਦਿੱਤਾ ਜਾਂਦਾ ਹੈ। ਮੰਨ ਲਓ ਹਰੇਕ ਸ਼ੇਅਰ 10 ਰੁਪਏ ਦਾ ਹੈ ਅਤੇ ਐਪਲੀਕੇਸ਼ਨ ਮਨੀ 2 ਰੁਪਏ ਅਤੇ ਅਲੋਟਮੈਂਟ ਮਨੀ 4 ਰੁਪਏ ਹੋਵੇ। ਬੈਲੈਂਸ 4 ਰੁਪਏ ਭਾਵ 10-2-4 ਨੂੰ ਕਾਲ ਮਨੀ ਕਿਹਾ ਜਾਂਦਾ ਹੈ। ਕਾਲ ਮਨੀ ਲੰਬਸਮ ਜਾਂ ਇੰਸਟਾਲਮੈਂਟਸ ਵਿੱਚ ਮੰਗਾਈ ਜਾ ਸਕਦੀ ਹੈ। ਸ਼ੇਅਰਸ ਦੀ ਫੇਸ ਵੈਲਿਊ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਕਾਲਸ ਕੀਤੀਆਂ ਜਾ ਸਕਦੀਆਂ ਹਨ। ਕਾਲ ਮਨੀ ਦੇ ਸੰਬੰਧ ਵਿੱਚ ਲੈਟਰਸ ਸਾਰੇ ਸ਼ੇਅਰ ਹੋਲਡਰਸ ਨੂੰ ਭੇਜੇ ਜਾਂਦੇ ਹਨ ਜਿਹੜਾ ਕਾਲ ਦੀ ਰਕਮ ਧਨ ਦੀ ਅਦਾਇਗੀ ਲਈ ਸਾਧਨ ਬੈਂਕ ਦਾ ਨਾਂ ਜਿਸ ਵਿੱਚ ਰਕਮ ਜਮ੍ਹਾਂ ਕਰਾਉਣੀ ਹੁੰਦੀ ਹੈ ਅਤੇ ਪੈਸੇ ਭੇਜਣ ਦੀ ਆਖਰੀ ਮਿਤੀ ਬਾਰੇ ਦੱਸਦਾ ਹੈ। ਆਓ ਹੁਣ ਸੰਖੇਪ ਕਰੀਏ ਕਿ ਅਸੀਂ ਇਸ ਐਪੀਸੋਡ ਵਿੱਚ ਕੀ ਸਿੱਖਿਆ ਹੈ। ਇੱਕ ਜੁਆਇੰਟ ਸਟਾਕ ਕੰਪਨੀ ਆਪਣੀਆਂ ਬਿਜ਼ਨਸ ਐਕਟੀਵਿਟੀਜ਼ ਨੂੰ ਵਧਾਉਣ ਲਈ ਸ਼ੇਅਰ ਜਾਰੀ ਕਰਕੇ ਲੋੜੀਂਦੀ ਰਕਮ ਇਕੱਠੀ ਕਰਦੀ ਹੈ। ਇਸ ਤਰ੍ਹਾਂ ਇਕੱਠੀ ਕੀਤੀ ਰਾਸ਼ੀ ਨੂੰ ਕੰਪਨੀ ਦੀ ਸ਼ੇਅਰ ਕੈਪੀਟਲ ਕਿਹਾ ਜਾਂਦਾ ਹੈ। ਸ਼ੇਅਰ ਕੈਪੀਟਲ ਇੱਕ ਬਿਜ਼ਨਸ ਦੀ ਸਭ ਤੋਂ ਮਹੱਤਵਪੂਰਨ ਜ਼ਰੂਰਤ ਹੈ। ਇਸ ਨੂੰ ਇੱਕ ਫਿਕਸਡ ਅਮਾਊਂਟ ਵਾਲੀ ਇਨਡਿਵਿਜ਼ੀਬਲ ਯੂਨਿਟਸ ਵਿੱਚ ਵੰਡਿਆ ਜਾਂਦਾ ਹੈ। ਇਹਨਾਂ ਨੂੰ ਸ਼ੇਅਰ ਕਿਹਾ ਜਾਂਦਾ ਹੈ। ਇੱਕ ਕੰਪਨੀ ਦੇ ਸ਼ੇਅਰ ਉਸਦੀ ਮੂਵੇਬਲ ਪ੍ਰੋਪਰਟੀ ਹੁੰਦੀ ਹੈ ਅਤੇ ਆਰਟੀਕਲਸ ਆਫ ਐਸੋਸੀਏਸ਼ਨ ਵਿੱਚ ਦੱਸੇ ਗਏ ਢੰਗ ਅਨੁਸਾਰ ਟ੍ਰਾਂਸਫਰੇਬਲ ਹੁੰਦੇ ਹਨ। ਕੰਪਨੀ ਐਕਟ ਦੇ ਸੈਕਸ਼ਨ 86 ਅਨੁਸਾਰ ਇੱਕ ਕੰਪਨੀ ਕੇਵਲ 2 ਤਰ੍ਹਾਂ ਦੇ ਸ਼ੇਅਰ ਜਾਰੀ ਕਰ ਸਕਦੀ ਹੈ ਜੋ ਹਨ ਪ੍ਰੈਫਰੈਂਸ ਸ਼ੇਅਰਸ ਅਤੇ ਇਕੁਇਟੀ ਸ਼ੇਅਰਸ। ਪ੍ਰੈਫਰੈਂਸ ਸ਼ੇਅਰਸ ਕੰਪਨੀ ਦੇ ਸ਼ੇਅਰ ਕੈਪੀਟਲ ਦਾ ਉਹ ਭਾਗ ਹੈ ਜਿਸ ਵਿੱਚ ਪ੍ਰੀਫਰੈਂਸ਼ੀਅਲ ਰਾਈਟਸ ਇਸ ਤਰ੍ਹਾਂ ਨਾਲ ਸ਼ਾਮਿਲ ਹੁੰਦੇ ਹਨ। ਇੱਕ ਫਿਕਸਡ ਰੇਟ 'ਤੇ ਡਿਵੀਡੈਂਡ ਦੀ ਅਦਾਇਗੀ ਅਤੇ ਕੰਪਨੀ ਦੇ ਵਾਈਂਡ ਅਪ 'ਤੇ ਕੈਪੀਟਲ ਉੱਤੇ ਆਉਣ ਵਾਲਾ ਲਾਭ। ਪ੍ਰੈਫਰੈਂਸ ਸ਼ੇਅਰਸ ਨੂੰ ਅੱਗੇ ਹੇਠ ਲਿਖੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਕਿਊਮੂਲੇਟਿਵ ਪ੍ਰੈਫਰੈਂਸ ਸ਼ੇਅਰਸ, ਨੋਨ ਕਿਊਮੂਲੇਟਿਵ ਪ੍ਰੈਫਰੈਂਸ ਸ਼ੇਅਰਸ, ਪਾਰਟੀਸੀਪੇਟਿੰਗ ਪ੍ਰੈਫਰੈਂਸ ਸ਼ੇਅਰਸ, ਨੋਨ ਪਾਰਟੀਸੀਪੇਟਿੰਗ ਪ੍ਰੈਫਰੈਂਸ ਸ਼ੇਅਰਸ, ਕਨਵਰਟੇਬਲ ਪ੍ਰੈਫਰੈਂਸ ਸ਼ੇਅਰਸ, ਨੋਨ ਕਨਵਰਟੇਬਲ ਪ੍ਰੈਫਰੈਂਸ ਸ਼ੇਅਰਸ, ਰਿਡੀਮੇਬਲ ਪ੍ਰੈਫਰੈਂਸ ਸ਼ੇਅਰਸ ਅਤੇ ਗਰੰਟਿਡ ਪ੍ਰੈਫਰੈਂਸ ਸ਼ੇਅਰਸ। ਕਿਊਮੂਲੇਟਿਵ ਪ੍ਰੈਫਰੈਂਸ ਸ਼ੇਅਰਸ
ਇੱਕ ਪ੍ਰੈਫਰੈਂਸ ਸ਼ੇਅਰ ਨੂੰ ਕਿਊਮੂਲੇਟਿਵ ਕਿਹਾ ਜਾਂਦਾ ਹੈ ਜਦੋਂ ਡਿਵੀਡੈਂਡ ਦਾ ਏਰੀਅਰ ਕਿਊਮੂਲੇਟਿਵ ਹੁੰਦਾ ਹੈ ਅਤੇ ਅਜਿਹੇ ਏਰੀਅਰਸ ਇਕੁਇਟੀ ਸ਼ੇਅਰ ਹੋਲਡਰਸ ਨੂੰ ਕੋਈ ਵੀ ਡਿਵੀਡੈਂਡ ਦੇਣ ਤੋਂ ਪਹਿਲਾਂ ਦਿੱਤੇ ਜਾਂਦੇ ਹਨ। ਨੋਨ ਕਿਊਮੂਲੇਟਿਵ ਪ੍ਰੈਫਰੈਂਸ ਸ਼ੇਅਰਸ ਉਹ ਸ਼ੇਅਰ ਜਿਨ੍ਹਾਂ ਉੱਤੇ ਡਿਵੀਡੈਂਡ ਇਕੱਠਾ ਨਹੀਂ ਹੁੰਦਾ ਨੂੰ ਨੋਨ ਕਿਊਮੂਲੇਟਿਵ ਪ੍ਰੈਫਰੈਂਸ ਸ਼ੇਅਰਸ ਕਿਹਾ ਜਾਂਦਾ ਹੈ। ਪਾਰਟੀਸੀਪੇਟਿੰਗ ਪ੍ਰੈਫਰੈਂਸ ਸ਼ੇਅਰਸ ਇਹਨਾਂ ਸ਼ੇਅਰਸ ਦੇ ਹੋਲਡਰਸ ਹੇਠ ਲਿਖੇ ਦੇ ਦਾਅਵੇਦਾਰ ਹੁੰਦੇ ਹਨ। ਫਿਕਸਡ ਡਿਵੀਡੈਂਡ ਇਕੁਇਟੀ ਸ਼ੇਅਰ ਹੋਲਡਰਸ ਨੂੰ ਸਪੈਸੀਫਾਈਡ ਰੇਟ 'ਤੇ ਡਿਵੀਡੈਂਡ ਦੇਣ ਤੋਂ ਬਾਅਦ ਬਾਕੀ ਬਚਦੇ ਵਾਧੂ ਲਾਭ ਵਿੱਚ ਇੱਕ ਸ਼ੇਅਰ ਹੁੰਦਾ ਹੈ। ਨੋਨ ਪਾਰਟੀਸੀਪੇਟਿੰਗ ਪ੍ਰੈਫਰੈਂਸ ਸ਼ੇਅਰਸ ਇਹਨਾਂ ਸ਼ੇਅਰ ਹੋਲਡਰਸ ਨੂੰ ਇੱਕ ਫਿਕਸਡ ਰੇਟ 'ਤੇ ਡਿਵੀਡੈਂਡ ਪ੍ਰਾਪਤ ਹੁੰਦਾ ਹੈ ਅਤੇ ਸਰਪਲਸ ਪ੍ਰੋਫਿਟਸ ਵਿੱਚ ਇਹਨਾਂ ਦਾ ਕੋਈ ਵੀ ਹਿੱਸਾ ਨਹੀਂ ਹੁੰਦਾ ਹੈ। ਕਨਵਰਟੇਬਲ ਪ੍ਰੈਫਰੈਂਸ ਸ਼ੇਅਰਸ ਉਹ ਸ਼ੇਅਰ ਹੁੰਦੇ ਹਨ ਜੋ ਕਿ ਇੱਕ ਨਿਸ਼ਚਿਤ ਸਮੇਂ ਵਿੱਚ ਇਕੁਇਟੀ ਸ਼ੇਅਰਸ ਵਿੱਚ ਬਦਲੇ ਜਾ ਸਕਦੇ ਹਨ। ਦੂਜੇ ਪਾਸੇ ਨੋਨ ਕਨਵਰਟੇਬਲ ਪ੍ਰੈਫਰੈਂਸ ਸ਼ੇਅਰਸ ਉਹ ਸ਼ੇਅਰ ਹੁੰਦੇ ਹਨ ਜਿਨ੍ਹਾਂ ਨੂੰ ਇਕੁਇਟੀ ਸ਼ੇਅਰਸ ਵਿੱਚ ਬਦਲਣ ਦਾ ਕੋਈ ਅਧਿਕਾਰ ਪ੍ਰਾਪਤ ਨਹੀਂ ਹੁੰਦਾ ਹੈ। ਰਿਡੀਮੇਬਲ ਪ੍ਰੈਫਰੈਂਸ ਸ਼ੇਅਰਸ ਉਹ ਸ਼ੇਅਰ ਜਿਹੜੇ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਜਾਂ ਕੰਪਨੀ ਦੀ ਇੱਛਾ ਅਨੁਸਾਰ ਰਿਡੀਮ ਕਰ ਦਿੱਤੇ ਜਾਂਦੇ ਹਨ ਉਹਨਾਂ ਨੂੰ ਰਿਡੀਮੇਬਲ ਪ੍ਰੈਫਰੈਂਸ ਸ਼ੇਅਰਸ ਕਿਹਾ ਜਾਂਦਾ ਹੈ। ਗਰੰਟਿਡ ਪ੍ਰੈਫਰੈਂਸ ਸ਼ੇਅਰਸ ਇਹਨਾਂ ਸ਼ੇਅਰਸ ਨੂੰ ਫਿਕਸਡ ਡਿਵੀਡੈਂਡ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ ਭਾਵੇਂ ਕੰਪਨੀ ਨੂੰ ਪ੍ਰੋਫਿਟ ਨਾ ਹੋਵੇ ਜਾਂ ਇਨਸਫੀਸ਼ੀਐਂਟ ਪ੍ਰੋਫਿਟ ਹੋਵੇ। ਇਕੁਇਟੀ ਸ਼ੇਅਰਸ ਨੂੰ ਕੋਈ ਵੀ ਪ੍ਰੀਫਰੈਂਸ਼ੀਅਲ ਰਾਈਟ ਪ੍ਰਾਪਤ ਨਹੀਂ ਹੁੰਦਾ ਹੈ। ਇਹਨਾਂ ਦਾ ਨੰਬਰ ਡਿਵੀਡੈਂਡ ਦੀ ਅਦਾਇਗੀ ਲਈ ਅਤੇ ਕੈਪੀਟਲ ਦੀ ਮੁੜ ਅਦਾਇਗੀ ਲਈ ਪ੍ਰੈਫਰੈਂਸ ਸ਼ੇਅਰਸ ਤੋਂ ਬਾਅਦ ਆਉਂਦਾ ਹੈ। ਡਿਵੀਡੈਂਡ ਦੀ ਦਰ ਵੀ ਨਿਸ਼ਚਿਤ ਨਹੀਂ ਹੁੰਦੀ ਹੈ ਅਤੇ ਸਾਲ ਦਰ ਸਾਲ ਕੰਪਨੀ ਦੇ ਲਾਭ ਦੇ ਨਾਲ ਬਦਲ ਸਕਦੀ ਹੈ। ਇਕੁਇਟੀ ਸ਼ੇਅਰ ਹੋਲਡਰਸ ਕੰਪਨੀ ਦੇ ਅਸਲੀ ਮਾਲਕ ਹੁੰਦੇ ਹਨ ਅਤੇ ਇਕੁਇਟੀ ਸ਼ੇਅਰ ਹੋਲਡਰਸ ਨੂੰ ਕੰਪਨੀ ਦੀ ਮੈਨੇਜਮੈਂਟ ਵਿੱਚ ਵੋਟਿੰਗ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਸ਼ੇਅਰ ਕੈਪੀਟਲ ਦੀਆਂ ਟਾਈਪਸ ਆਥੋਰਾਈਜ਼ਡ ਕੈਪੀਟਲ, ਇਸ਼ੂਡ ਕੈਪੀਟਲ, ਸਬਸਕ੍ਰਾਈਬਡ ਕੈਪੀਟਲ, ਕਾਲਡ ਅਪ ਕੈਪੀਟਲ, ਪੇਡ ਅਪ ਕੈਪੀਟਲ। ਆਥੋਰਾਈਜ਼ਡ ਕੈਪੀਟਲ ਕੈਪੀਟਲ ਦੀ ਉਹ ਰਾਸ਼ੀ ਹੁੰਦੀ ਹੈ ਜਿਸ ਨਾਲ ਕੰਪਨੀ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ਼ੂਡ ਕੈਪੀਟਲ ਨੋਮੀਨਲ ਕੈਪੀਟਲ ਦਾ ਉਹ ਭਾਗ ਹੁੰਦਾ ਹੈ ਜੋ ਕਿ ਅਸਲ ਵਿੱਚ ਕੰਪਨੀ ਦੇ ਪਬਲਿਕ ਸਬਸਕ੍ਰਿਪਸ਼ਨ ਲਈ ਜਾਰੀ ਕੀਤੇ ਹੁੰਦੇ ਹਨ। ਸਬਸਕ੍ਰਾਈਬਡ ਕੈਪੀਟਲ ਸ਼ੇਅਰ ਦੀ ਨੋਮੀਨਲ ਵੈਲਿਊ ਦੀ ਉਹ ਰਾਸ਼ੀ ਹੈ ਜਿਹੜੀ ਅਸਲ ਵਿੱਚ ਪਬਲਿਕ ਦੁਆਰਾ ਲਈ ਗਈ ਹੁੰਦੀ ਹੈ। ਕਾਲਡ ਅਪ ਕੈਪੀਟਲ ਸਬਸਕ੍ਰਾਈਬਡ ਸ਼ੇਅਰ ਦੇ ਨੋਮੀਨਲ ਵੈਲਿਊ ਦੀ ਉਹ ਰਕਮ ਹੈ ਜਿਹੜੀ ਕੰਪਨੀ ਨੇ ਸ਼ੇਅਰ ਹੋਲਡਰਸ ਨੂੰ ਕਾਲਸ ਦੁਆਰਾ ਜਾਂ ਕਿਸੇ ਹੋਰ ਢੰਗ ਨਾਲ ਅਦਾ ਕਰਨ ਲਈ ਕਿਹਾ ਹੁੰਦਾ ਹੈ। ਪੇਡ ਅਪ ਕੈਪੀਟਲ ਕਾਲਡ ਅਪ ਕੈਪੀਟਲ ਦਾ ਉਹ ਭਾਗ ਹੁੰਦਾ ਹੈ ਜਿਹੜਾ ਕਿ ਕੰਪਨੀ ਦੇ ਮੈਂਬਰਸ ਨੇ ਅਸਲ ਵਿੱਚ ਅਦਾ ਕੀਤਾ ਹੁੰਦਾ ਹੈ। ਸ਼ੇਅਰਸ ਦੇ ਪਬਲਿਕ ਇਸ਼ੂ ਵਿੱਚ ਹੇਠ ਲਿਖੇ ਸਟੈਪਸ ਸ਼ਾਮਲ ਹੁੰਦੇ ਹਨ। ਇਸ਼ੂ ਆਫ ਪ੍ਰੋਸਪੈਕਟਸ, ਐਪਲੀਕੇਸ਼ਨ ਫੋਰ ਸ਼ੇਅਰਸ, ਅਲੋਟਮੈਂਟ ਆਫ ਸ਼ੇਅਰਸ, ਲੈਟਰ ਆਫ ਅਲੋਟਮੈਂਟ ਐਂਡ ਰਿਗਰੈਟ, ਕਾਲਸ ਔਨ ਸ਼ੇਅਰਸ। ਇਸ ਐਪੀਸੋਡ ਵਿੱਚ ਅਸੀਂ ਸ਼ੇਅਰ ਕੈਪੀਟਲ ਦੇ ਮੀਨਿੰਗ, ਇਸ ਦੀ ਨੇਚਰ ਅਤੇ ਟਾਈਪਸ ਬਾਰੇ ਪੜ੍ਹਿਆ ਹੈ। ਉਮੀਦ ਕਰਦੀ ਹਾਂ ਤੁਹਾਨੂੰ ਐਪੀਸੋਡ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਧੰਨਵਾਦ।